ਹੁਣ ਪਾਰਲੀਮੈਂਟ ਮੈਂਬਰ ਬਣ ਗਈ ਹੈ, ਪਤਾ ਨਹੀਂ ਲੋਕਾਂ ਨੇ ਕਿਹੜੇ ਮੋੜ 'ਚ ਚੁਣ ਦਿੱਤਾ। ਜਿਹੜੇ ਇਲਾਕੇ 'ਚ ਚੁਣੇ ਗਏ ਆ ਉੱਥੇ ਘਰ ਘਰ ਦੇ ਵਿੱਚ ਫੌਜੀ ਪਰਿਵਾਰ ਹੈ ਜਾਂ ਸਾਬਕਾ ਫੌਜੀ ਪਰਿਵਾਰ ਹੈ, ਬਹੁਤ ਸਾਰੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ। ਇਸ ਬੀਬੀ ਨੂੰ ਕੋਈ ਲੱਥ ਚਿੜਨੀ ਕਿਸੇ ਦਾ ਕੋਈ ਸਤਿਕਾਰ ਨਹੀਂ। ਹੁਣ ਇੱਕ ਨੇ ਟਵੀਟ ਕਰ ਦਿੱਤਾ, ਕਹਿੰਦੀ ਇਹ ਤਾਂ ਸਗੋਂ ਚੰਗਾ ਹੱਸਣ ਖੇਡਣ ਦਾ ਸਰੀਰ ਬਣਾਉਣ ਦਾ ਮੌਕਾ ਮਿਲਿਆ, ਫੌਜ 'ਚ 4-5 ਸਾਲ ਜਾ ਕੇ ਤਨਖਾਹ ਸਰਕਾਰ ਦਿੰਦੀ ਹੈ, ਆਪਣੀ ਸਿਹਤ ਬਣਾਓ ਅਤੇ ਵਾਪਸ ਆ ਜਾਓ, ਇਹ 'ਚ ਮਾੜਾ ਕੀ ਹੈ। ਜੇ ਕਿਤੇ ਯੰਗ ਏਜ 'ਚ ਮੇਰੇ ਵਕਤ ਸਕੀਮ ਹੁੰਦੀ ਤਾਂ ਮੈਂ ਵੀ ਚੱਲਣਾ ਸੀ। ਇਹ ਬੀਬੀ ਝੂਠ ਬੋਲਦੀ ਹੈ, ਸਕੀਮਾਂ ਤਾਂ ਉਦੋਂ ਵੀ ਸੀ, ਫੌਜ 'ਚ ਕੁੜੀਆਂ ਜਾਂਦੀਆਂ ਸੀ। ਇਹ ਫੌਜ ਵੱਲ ਗਈ ਕਿ ਉਹਨੇ ਮਾਡਲਿੰਗ ਵਾਲੇ ਪਾਸੇ ਕਿਉਂ ਚਲੀ ਗਈ, ਚਲ ਜਾਂਦੀ। ਜੇ ਥੋੜ੍ਹੀ ਪੜ੍ਹੀ ਹੁੰਦੀ ਇਹ ਸ਼ਾਰਟ ਸੋਰਸ ਕਮਿਸ਼ਨ ਲੈ ਸਕਦੀ ਸੀ, ਥੋੜ੍ਹੇ ਚਿਰ ਦਾ ਕਮਿਸ਼ਨ ਲਿਖ ਕੇ ਅਤੇ ਮੁੜ ਆਉਂਦੀ। ਇਹ ਫੌਜ ਵਿੱਚ ਭਰਤੀ ਹੋ ਸਕਦੀ ਸੀ, ਬਹੁਤ ਸਾਰੇ ਮੁੰਡੇ ਕੁੜੀਆਂ ਫੌਜ ਵਿੱਚ ਭਰਤੀ ਹੁੰਦੇ, ਇਹ ਵੀ ਹੋ ਜਾਂਦੀ। ਅਸੀਂ ਫੌਜ 'ਚ ਕੁੜੀਆਂ ਵੇਖੀਆਂ ਨੇ, ਹੁਸੈਨੀ ਵਾਲਾ ਬਾਰਡਰ ਦੇ ਉੱਤੇ ਮੈਂ ਇੱਕ ਕੁੜੀ BSF ਦੀ ਵਰਦੀ 'ਚ ਵੇਖੀ, ਓਡਾ ਉਹਦਾ ਕੱਦ ਆ ਅਤੇ ਓਡੀ ਕੋਨੇ ਲੰਮੀ ਲੌਂਗ ਰੇਂਜ ਰਾਈਫਲ ਜਿਹੜੀ ਮੋਢੇ 'ਤੇ ਪਾਈ ਅਤੇ ਬਾਹਾਂ ਉਹਦੀਆਂ ਚੂੜੇ ਨਾਲ ਭਰੀਆਂ ਪਈਆਂ, ਅਤੇ ਗੈਰ ਪੰਜਾਬੀ ਕੁੜੀ ਸੀ, ਪੰਜਾਬਣ ਨਹੀਂ ਸੀ। ਮੈਂ ਉਹਨੂੰ ਹਿੰਦੀ 'ਚ ਆਖਿਆ, ਮੈਂ ਕਿਹਾ ਬੇਟਾ ਆਪ ਕੁਛ ਦਿਨ ਔਰ ਛੁੱਟੀ ਕਰ ਲਏ ਤੇ, ਨਹੀਂ ਨਹੀਂ ਸ਼ਾਦੀ ਹੋਈ ਹੈ। ਅਤੇ ਉਹਨੇ ਅਗਵਾ ਕਿਹਾ ਅੰਕਲ ਹਮ ਤੋਂ ਛੁੱਟੀ ਕਰ ਲਏ ਤੇ, ਠੀਕ ਹੈ ਸ਼ਾਦੀ ਹੋਈ ਹੈ, ਦੇਸ਼ ਕੀ ਰਕਸ਼ਾ ਵੀ ਕਰਨੀ ਹੈ, ਉਹ ਕੌਣ ਕਰਤਾ। ਮੈਂ ਕਿਹਾ ਫਿਰ ਸਾਰਾ ਦਿਨ ਤੋਂ ਜਾਨ ਨਿਕਲ ਜਾਤਾ ਹੋਗਾ। ਅਗੋ ਕਹਿੰਦੀ ਆਪ ਦਿਨ ਕੀ ਬਾਤ ਕਰਤੇ, ਉਹ ਸਾਹਮਣੇ ਟਾਵਰ ਦਿਖਾਈ ਦਿੱਤਾ 165 ਫੀਟ ਉੱਚਾ, CDC ਉੱਪਰ ਚੜ੍ਹਨਾ ਪੜਤਾ, ਉਹ ਸਾਰੀ ਰਾਤ ਅੰਧੇਰੇ ਮੈਂ ਦੇਖਣੇ ਵਾਲੀ ਐਨਕ ਲਗਾ ਕਰ ਦੁਸ਼ਮਣ ਕੀ ਤਰਫ ਦੇਖਦੇ। ਸਾਡੀਆਂ ਕੁੜੀਆਂ ਤਾਂ ਇੱਥੋਂ ਤੱਕ ਕੰਮ ਕਰਨ ਲਈਆਂ ਨੇ, ਸਾਡੇ ਅਗਨੀਵੀਰ ਬੱਚੇ ਜਿਹੜੇ ਜਾਂਦੇ ਆ ਉਹਨਾਂ ਦੀਆਂ ਲਾਸ਼ਾਂ ਲੋਕਾਂ ਦੇ ਘਰਾਂ 'ਚ ਆਉਣ ਡੀਆਂ ਨੇ। ਸਰਕਾਰ ਨਾਲ ਕਈ ਕਿਸਮ ਦੇ ਰੋਸ ਰੰਜ ਹੈ, ਇਹ ਬੀਬੀ ਗੱਲਾਂ ਕਰਦੀ ਹੈ। ਸਰਕਾਰ ਦੀ ਨੀਤੀ ਬਹੁਤ ਹੀ ਠੀਕ ਨਹੀਂ, ਜਦੋਂ ਇਹ ਸਰਕਾਰ ਨਹੀਂ ਸੀ ਬਣੀ, ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ, ਉਹਨਾਂ ਦਾ ਸਭ ਤੋਂ ਵੱਡਾ ਆਲੋਚਕ ਜਨਰਲ GD ਬਖਸ਼ੀ ਹੁੰਦਾ ਸੀ, ਔਰ ਉਹ ਉਹਨਾਂ ਲੋਕਾਂ ਸੀ ਜਿਹੜੇ ਕਹਿੰਦੇ ਸੀ ਮੋਦੀ ਸਾਹਿਬ ਆਉਣਗੇ, ਸਾਰਾ ਕੁੱਠੀ ਕੋਈ ਨਹੀਂ। ਅੱਜ ਉਹ ਵੀ ਪਿੱਟ ਪਿੱਟ ਪੀਂਦਾ, ਅਗਨੀਵੀਰ ਸਕੀਮ ਚਲਾ ਕੇ ਤੁਸੀਂ ਫੌਜ ਦਾ ਬੇੜਾ ਕਰਤਾ। ਉਹ ਕਹਿੰਦਾ ਤੁਸੀਂ ਕਹਿੰਦੇ ਆ ਕਿ ਉੱਥੇ ਹੱਸਣ ਖੇਡਣ ਵਾਸਤੇ ਜਾਣਗੇ, ਹੱਸਣ ਖੇਡਣ ਵਾਸਤੇ ਨਹੀਂ, ਇਹ ਮੁੰਡੇ ਮੌਤ ਦੇ ਮੂੰਹ 'ਚ ਜਾਂਦੇ, ਅੱਧੀ ਅਧੂਰੀ ਟ੍ਰੇਨਿੰਗ ਦੇ ਕੇ ਤੁਸੀਂ ਬਾਰਡਰ 'ਤੇ ਭੇਜਣ ਡੇ, ਮੁੰਡੇ ਉੱਥੇ ਮਰਨ ਡੇ। ਉਹਨੇ ਇਹਦੇ ਤੋਂ ਅੱਗੇ ਤੁਰਦਿਆਂ ਤੁਰਦਿਆਂ ਜਿੰਨੀਆਂ ਗੱਲਾਂ ਕਹਿਤੀਆਂ, ਫੌਜ ਦੇ ਅਫਸਰ ਜਿਹੜੀਆਂ ਅਸੀਂ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਉਹ ਉਹਨੇ ਕਹਿਤੀਆਂ, ਸਾਨੂੰ ਪਤਾ ਸੀ ਪਰ ਅਸੀਂ ਕਹਿੰਦੇ ਨਹੀਂ ਸੀ। ਹੁਣ ਉਹਨੇ ਉਹ ਵੀ ਕਹਿਤੀਆਂ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਫੌਜ ਦੀ ਭਰਤੀ 3 ਸਾਲ ਇਸ ਕਰਕੇ ਰੋਕੀ ਗਈ ਕਿ ਇਹਦੇ ਬਹਾਨੇ ਬਾਹਰੋਂ ਭਰਤੀ ਹੋਏ ਨੌਜਵਾਨਾਂ ਦੇ ਰਾਹੀਂ ਕਿਤੇ ਇਨਫੈਕਸ਼ਨ ਫੌਜ ਤੱਕ ਨਾ ਆ ਜਾਂਦੀ ਹੋਵੇ, ਕੋਈ ਇਨਫੈਕਸ਼ਨ ਵਾਲੇ ਬੰਦੇ ਫੌਜ 'ਚ ਭਰਤੀ ਨਾ ਹੋ ਜਾਂਦੇ ਹੋਣ। ਸਾਲ ਦੇ ਵਿੱਚ 60,000 ਫੌਜੀ ਰਿਟਾਇਰ ਹੋ ਰਹੇ, 3 ਸਾਲਾਂ ਦੇ ਵਿੱਚ ਉਹ ਕਹਿੰਦੇ 2 ਲੱਖ ਦੇ ਕਰੀਬ ਤਾਂ ਫੌਜੀ ਰਿਟਾਇਰ ਹੋ ਗਏ, ਉਦੋਂ ਬਾਅਦ ਉਹਦੀ ਭਰਤੀ ਨਹੀਂ ਕੀਤੀ ਜਾ ਰਹੀ। ਜਨਰਲ GD ਬਖਸ਼ੀ ਕਹਿੰਦੇ ਆ ਕਿ ਸਾਡੇ ਦੇਸ਼ ਦੀ ਉੱਪਰਲੀ ਜਿਹੜੀ ਸਿਵਲ ਦੀ ਅਫਸਰਸ਼ਾਹੀ ਹੈ ਉਹਨਾਂ ਸਾਰਿਆਂ 'ਚ ਵਹਿਮ ਹੈ ਕਿ ਫੌਜ ਵਿਹਲੀ ਬੈਠੀ ਰੋਟੀ ਖਾਂਦੀ ਹੈ, ਉਹਨਾਂ 'ਚ ਵਹਿਮ ਹੈ ਕਿ ਫੌਜ ਦਾ ਬਜਟ ਬਹੁਤ ਤਕੜਾ ਅਤੇ ਘਟਾਉਣਾ ਚਾਹੀਦਾ। ਉਹ ਬਾਕੀ ਦੁਨੀਆ ਦੇ ਬਜਟ ਨਹੀਂ ਵੇਖਦੇ, ਭਾਰਤ ਦੀਆਂ ਲੋੜਾਂ ਨਹੀਂ ਵੇਖਦੇ, ਉਹ ਕਹਿੰਦੇ ਅਫਸਰਸ਼ਾਹੀ ਦਾ ਆਪਣਾ ਬਜਟ ਕਿੰਨਾ ਕੁ ਤੁਸੀਂ ਵੇਖਿਆ, ਕਿੰਨਾ ਤੁਸੀਂ ਬੇਲੋੜਾ ਖਰਚ ਕਰਦੇ ਪਏ, ਤੁਸੀਂ ਫੌਜ ਦਾ ਘਟਾਉਣ ਲੱਗ ਪਏ। ਹੁਣ ਜਾਰਜ ਫਰਨਾਂਡੇ ਜਿੱਦਾਂ ਦਾ ਵੀ ਸੀ ਭੈੜਾ ਚੰਗਾ, ਮੈਂ ਉਹਦੀ ਬਹੁਤ ਨਿੰਦਾ ਕਰਦਾ ਰਿਹਾ, ਬਹੁਤ ਨੁਕਤਾਚੀਨੀ ਕਰਦਾ ਰਿਹਾ, ਪਰ ਇੱਕ ਗੱਲ ਮੈਨੂੰ ਯਾਦ ਆਉਂਦੀ, ਉਹ ਜਦੋਂ ਰੱਖਿਆ ਮੰਤਰੀ ਹੁੰਦਾ ਸੀ ਤਾਂ ਉਹਨੂੰ ਇਹ ਪਤਾ ਲੱਗਾ ਕਿ ਕਾਰਗਿਲ ਦੀ ਜੰਗ ਲੜ ਰਹੇ ਫੌਜੀਆਂ ਕੋਲ ਉੱਥੇ ਜਿੱਥੇ ਸਾਲ ਦੇ ਵਿੱਚ 9 ਮਹੀਨੇ 10 ਮਹੀਨੇ ਬਰਫ਼ ਹੀ ਪੈ ਜਾਂਦੀ ਹੈ, ਔਰ ਪਤਾ ਨਹੀਂ ਬਰਫ਼ ਥੱਲੇ ਖੱਡਾ ਕਿੱਥੇ ਅਤੇ ਪਹਾੜੀ ਕਿੱਥੇ, ਕਦੋਂ ਡਿੱਗ ਕੇ ਮਰ ਜਾਣਾ। ਉਹਨਾਂ ਦੇ ਕੋਲ ਬੂਟ ਵੀ ਪੂਰੇ ਨੇ, ਸੂਟ ਵੀ ਪੂਰੇ ਨੇ। ਪਤਾ ਲੱਗਾ ਕਿ ਫਾਈਲਾਂ ਦਿੱਲੀ 'ਚ ਰੱਖਿਆ ਮੰਤਰਾਲਾ ਡਿਫੈਂਸ ਮਿਨਿਸਟਰੀ 'ਚ ਦੱਬੀਆਂ ਪਈਆਂ ਅਤੇ ਅਫਸਰ ਤੋੜ ਨਹੀਂ ਰਹੇ। ਉਹਨੇ ਆਰਡਰ ਕਰ ਦਿੱਤਾ ਕਿ ਇਸ ਮਿਨਿਸਟਰੀ ਦਾ ਹਰ ਅਫਸਰ 3-3 ਮਹੀਨੇ ਜਾ ਕੇ ਕਾਰਗਿਲ ਅਤੇ ਉਹਦੇ ਬਰਾਬਰ ਦੀਆਂ ਚੋਟੀਆਂ 'ਤੇ ਫੌਜ ਦੇ ਵਿੱਚ ਡਿਊਟੀ ਕਰਕੇ ਆਵੇਗਾ। ਉੱਥੇ ਡਿਊਟੀ ਉਹਨਾਂ ਦੀ ਸਿਵਲ ਦੀ ਹੋਵੇਗੀ, ਰਾਈਫਲਾਂ ਨਹੀਂ ਚੁਕਾਉਣੀਆਂ, ਸਿਵਲ ਦੇ ਕਲਰਕੀ ਕੰਮ ਉਹਨਾਂ ਤੋਂ ਲੈ ਜਾਣਗੇ, ਅਫਸਰ ਅਤੇ ਅਫਸਰੀ ਕੰਮ ਲੈ ਜਾਣਗੇ। ਪਰ ਇਹਨੂੰ ਉੱਥੇ ਜਾ ਕੇ ਪਤਾ ਤਾਂ ਲੱਗੂ ਕਿਹੜੇ ਹਾਲਾਤ ਵਿੱਚ ਡਿਊਟੀ ਕੀਤੀ ਜਾਂਦੀ ਹੈ, ਇੱਥੇ ਬੈਠੇ ਕਰਦੇ ਕੀ ਆ। ਉਦੋਂ ਬਾਅਦ ਫਾਈਲਾਂ ਤੁਰਨ ਲੱਗ ਪਈਆਂ ਸੀ। ਹੁਣ ਜੇ ਕੰਗਣਾ ਵਰਗੀਆਂ ਕੁੜੀਆਂ ਨੇ ਉੱਥੇ ਫੌਜ ਨੂੰ ਡਾਇਰੈਕਸ਼ਨਾਂ ਦੇਣੀਆਂ, ਕੱਲ੍ਹ ਨੂੰ ਅਜੇ ਕਮੇਟੀਆਂ ਬਣਨੀਆਂ, ਇਹਨੂੰ ਕਦੇ ਡਿਫੈਂਸ ਦੀ ਕਮੇਟੀ 'ਚ ਪਾ ਦਿੱਤਾ ਜਿੱਦਾਂ ਸਾਧਵੀ ਪ੍ਰਗਿਆ ਪਾਈ ਸੀ। ਇਹਨਾਂ ਲੋਕਾਂ ਨੂੰ ਪਤਾ ਕੀ ਇਹਦਾ ਨਾ ਕੋਕੋ ਨਹੀਂ ਜਾਣਦੀ,
ਫਿਲਮਾਂ ਦੇ ਵਿੱਚ ਲੱਕੜ ਦੇ ਘੋੜੇ 'ਤੇ ਬਹਿ ਕੇ ਦੋ ਵਾਰੀ ਐਂ ਲਾ ਕੇ ਅਤੇ ਲੋਕ ਸਮਝਦੇ ਘੋੜੇ ਦੇ ਉੱਤੇ ਉੱਡੀ ਜਾਂਦੀ, ਕੰਗਣਾ ਤੁਰੀ ਜਾਂਦੀ। ਕਹਿੰਦੇ ਜਹਾਜ਼ ਖਡੌਣੇ ਵਾਲਾ ਵੀ ਨਹੀਂ ਚਲਾਇਆ ਅਤੇ ਜਹਾਜ਼ ਦੇ ਵਿੱਚ ਬੈਠ ਕੇ ਜਨਰਲ ਜੀ ਡੀ ਬਖਸ਼ੀ ਕਹਿੰਦਾ ਖਲੋਤੇ ਜਹਾਜ਼ ਦੇ ਵਿੱਚ ਫੋਟੋ ਖਿਚਾ ਕੇ ਅਤੇ ਕਿਸੇ ਹੋਰ ਨੂੰ ਉੱਡਦੇ ਜਹਾਜ਼ ਨੂੰ ਵਿਖਾ ਕੇ ਕਹਿੰਦੇ ਕੰਗਣਾ ਚਲਾ ਰਹੇ। ਇਹ ਸਾਰੇ ਜਿਹੜੇ ਇੱਦਾਂ ਦੇ ਲੋਕ ਨੇ, ਇਹ ਜੇ ਇੱਦਾਂ ਦੀਆਂ ਟਿੱਪਣੀਆਂ ਕਰਨ ਤਾਂ ਫੌਜ ਅਤੇ ਫੌਜੀਆਂ ਦੇ ਮਨੋਬਲ 'ਤੇ ਅਸਰ ਪੈਂਦਾ ਜੀ। ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਉਹਨਾਂ ਦੇ ਜਵਾਨ ਕੰਟਰੋਲ ਚੁੱਕਣੇ ਚਾਹੀਦੇ। ਰਹਿ ਗਈ ਗੱਲ ਅਗਨੀਵੀਰ ਜਵਾਨ ਜਿਹੜਾ ਮਾਰਿਆ ਗਿਆ, ਜਿਹੜਾ ਸ਼ਹੀਦ ਹੋ ਗਿਆ, ਉਹਦੇ ਪਰਿਵਾਰ ਨੂੰ ਮੁਆਵਜ਼ੇ ਦੀ, ਉਹਦੇ ਜੋ ਸਰਕਾਰ ਨੇ ਕੀਤਾ ਠੀਕ ਨਹੀਂ, ਇਹ ਕਹਿਤਾ ਅਸੀਂ ਮੁਆਵਜ਼ਾ ਦੇ ਦਿੱਤਾ, ਬਾਅਦ ਵਿੱਚ ਪਤਾ ਲੱਗਾ ਪੂਰਾ ਨਹੀਂ ਮਿਲਿਆ। ਕਹਿੰਦੇ ਦੂਜੇ ਅਕਾਊਂਟ 'ਚ ਪੈਸੇ ਗਏ ਪਰ ਫੌਜ ਦੇ ਨਹੀਂ, ਉਹ ਬੀਮੇ ਦਿਹਾੜੇ ਦੀ ਇੰਸ਼ੋਰੈਂਸ ਹੋਈ, ਗਰੁੱਪ ਇੰਸ਼ੋਰੈਂਸ ਉਹਦੇ। ਹੁਣ ਉਹ ਵਾਰ ਵਾਰ ਮੀਡੀਆ ਉਸ ਪਰਿਵਾਰ 'ਚ ਆਉਂਦਾ, ਉਹਨੇ ਆਖ ਕੇ ਆਖਿਆ ਜੀ ਪਹਿਲੇ ਪੈਸੇ ਵਾਪਸ ਨਹੀਂ ਲਓ, ਸਾਡਾ ਮੁੰਡਾ ਵਾਪਸ ਲਿਆ ਦਿਓ, ਆ ਚੁੱਕੋ ਪੈਸੇ ਆਪਣੇ, ਸਾਨੂੰ ਕੋਈ ਪੈਸਾ ਨਹੀਂ ਚਾਹੀਦਾ। ਫਿਰ ਚੁੱਪ ਕਰਕੇ ਇਹ ਜੋ ਕੁਛ ਅਗਲਿਆਂ ਦਾ, ਇੱਕ ਤਾਂ ਪੁੱਤ ਮਾਰਿਆ ਗਿਆ ਵੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ, ਦੂਸਰਾ ਉਹਨਾਂ ਦੇ ਨਾਂ ਦੇ ਉੱਤੇ ਇੱਦਾਂ ਦਾ ਝੂਠ ਬੋਲਿਆ ਜਾਵੇ, ਸਰਕਾਰੀ ਤੌਰ 'ਤੇ ਵੀ ਗੈਰ ਸਰਕਾਰੀ ਤੌਰ 'ਤੇ, ਪਰ ਕੰਗਣਾ ਵਰਗੀਆਂ ਕੁੜੀਆਂ ਜੋ ਮਰਜ਼ੀ ਬੋਲੀ ਜਾਣ, ਇਹ ਫੌਜੀਆਂ ਨਾਲ ਮਜ਼ਾਕ ਹੈ ਜਿਹੜਾ ਚੰਗਾ ਨਹੀਂ। ਫੌਜਾਂ ਅਤੇ ਫੌਜੀਆਂ ਦੇ ਮਨੋਬਲ 'ਤੇ ਅਸਰ ਪਾਏਗਾ, ਇਹ 'ਤੇ ਰੋਕ ਲੱਗਣੀ ਚਾਹੀਦੀ। ਬਿਲਕੁਲ ਪਰਮ ਸਾਹਿਬ, ਮਨੋਬਲ ਨੂੰ ਉੱਪਰ ਚੁੱਕਣ ਦੀ ਜ਼ਰੂਰਤ ਹੈ, ਪਰ ਇੱਥੇ ਉਲਟਾ ਹੀ ਹੋ ਰਿਹਾ।